पंजाब सरकार भले ही बड़े बड़े दावे करे कि जेलों में नशा बंद हो गया और जेलों में मोबाइल बंद हो गया, लेकिन आए दिन ऐसी खबरें सामने आती रहती हैं जो पंजाब सरकार के दावों की पोल खोल देती हैं। एक बार फिर से नाभा जेल में मोबाइल फोन और नशा बरामद हुआ, क्या कुछ कह रहे पुलिस अधिकारी, चलिए आपको सुनाते हैं। ਮੋਬਾਈਲ ਨੇ ਤੇ ਕੌਣ ਕੌਣ ਪ੍ਰਿਜ਼ਨਰ ਨੇ ਜਿਨ੍ਹਾਂ ਕੋਲੇ ਬਰਾਮਦ ਕੀਤੇ? ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਨਾਭੇ ਦੇ ਵਿੱਚ ਪਹਿਲਾਂ 3 ਟੋਟਲ ਜੇਲ੍ਹਾਂ ਸੀਗੀਆਂ ਅਤੇ ਹੁਣ ਮੈਕਸੀਮਮ ਸਿਕਿਉਰਿਟੀ ਜਿਹੜੀ ਜੇਲ੍ਹ ਆ ਉਹ ਅੰਡਰ ਕੰਸਟਰਕਸ਼ਨ ਹੈਗੀ ਆ। ਮਾਨਯੋਗ DGP ਸਾਹਿਬ ਦੇ ਹਦਾਇਤਾਂ ਮੁਤਾਬਕ ਅਤੇ ਸ਼੍ਰੀ ਵਰੁਣ ਕੁਮਾਰ ਸ਼ਰਮਾ IPS SSP ਪਟਿਆਲਾ ਦੇ ਜਿਹੜੀ ਸਖ਼ਤ ਹਦਾਇਤ ਸੀ, ਕਿਉਂਕਿ ਜੇਲ੍ਹ ਦੇ ਵਿੱਚ ਕਾਫੀ ਜੋ ਤਰ੍ਹਾਂ ਤਰ੍ਹਾਂ ਦੇ ਦੋਸ਼ੀ ਵਿੱਚ ਇੱਥੇ ਹੁੰਦੇ ਆ ਅਤੇ ਉਹਦੇ ਤਹਿਤ ਜਿਹੜੇ ਮਾਨਯੋਗ SSP ਸਾਹਿਬ ਦੇ ਹੁਕਮ ਨਾਲ ਅਸੀਂ ਜੇਲ੍ਹ ਦੇ ਵਿੱਚ ਸਰਚ ਕੀਤੀ ਸੀ, ਜੋ ਕਿ ਸਾਡੇ ਥਾਣਾ ਪਾਸੋਂ ਥਾਣਾ ਸਦਰ ਨਾਭਾ ਅਤੇ ਕੋਤਵਾਲੀ ਦੇ SHO ਸਮੇਤ ਸਾਰੀ ਫੋਰਸ ਅਤੇ ਜੇਲ੍ਹ ਦੇ ਜਿਹੜੇ ਆਪਣਾ ਅਧਿਕਾਰੀ ਨੇ ਸ਼੍ਰੀ ਭੰਗੂ ਜੀ ਸੁਬਰਨ ਜੇਲ੍ਹ, ਉਹਨਾਂ ਨੂੰ ਨਾਲ ਲੈ ਕੇ ਅਸੀਂ ਜਿਹੜੀ ਮੈਕਸੀਮਮ ਸਿਕਿਉਰਿਟੀ ਜਿਹੜੇ ਸੈੱਲ ਨੇ ਉਹਨਾਂ ਦੀ ਅਸੀਂ ਜਿਹੜੀ ਤਲਾਸ਼ ਕੀਤੀ ਸੀ ਅਤੇ ਜੋ ਸੈੱਲਾਂ ਵਿੱਚ ਬੰਦ ਇੱਕ ਹਵਾਲਾਤੀ ਸਿਕੰਦਰ ਸਿੰਘ ਸੀਗਾ ਉਹਦੇ ਕੋਲੋਂ ਸਾਨੂੰ ਜਿਹੜਾ ਹੈਗਾ ਇੱਕ ਟੱਚ ਸਕਰੀਨ ਮੋਬਾਈਲ ਮਿਲਿਆ ਅਤੇ ਡਾਟਾ ਕੇਬਲ ਅਤੇ ਕੁਛ ਸਾਨੂੰ ਉੱਥੋਂ ਜਿਹੜਾ ਚਿੱਟਾ ਮਿਲਿਆ ਸੀਗਾ। ਇਸ ਤਰ੍ਹਾਂ ਬਾਕੀਆਂ ਦੀ ਜਿਹੜੀ ਤਲਾਸ਼ੀ ਲਈ ਇੱਕ ਹੋਰ ਆਕਾਸ਼ਦੀਪ ਸੀ, ਇੱਕ ਰਸ਼ਪਾਲ ਸਿੰਘ ਸੀ, ਜਿਹੜੇ ਉਹਨਾਂ ਪਾਸੋਂ ਮੋਬਾਈਲ ਅਤੇ ਬਾਕੀ ਉਹਨਾਂ ਦੇ ਚਾਰਜਰ ਵਗੈਰਾ ਮਿਲੇ ਆ ਅਤੇ ਅਸੀਂ ਕੰਟੀਨਿਊ ਜਿਹੜੀ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਸਰਚ ਕਰਦੇ ਹਾਂ ਤਾਂ ਜੋ ਜਿਹੜਾ ਕੋਈ ਮਾੜਾ ਬੰਦਾ ਇੱਦਾਂ ਦੀ ਮੋਬਾਈਲ ਲੈ ਕੇ ਮਿਸਯੂਜ ਕਰਕੇ ਜਾਂ ਹੋਰ ਕੋਈ ਨਸ਼ਾ ਪੱਤਾ ਉਹ ਜੇਲ੍ਹ 'ਚ ਨਾ ਹੋ ਸਕੇ ਅਤੇ ਇਹਨਾਂ ਦੇ ਖਿਲਾਫ਼ ਅਸੀਂ ਵੱਖ ਵੱਖ ਧਾਰਾ 'ਚ ਜਿਹੜਾ ਪਰਚਾ ਦਰਜ ਕਰਕੇ ਇਹਨਾਂ ਨੂੰ ਅਸੀਂ ਹੁਣ ਪ੍ਰੋਟੈਕਸ਼ਨ ਦੇ ਲਾ ਕੇ ਅੱਗੇ ਤਫਤੀਸ਼ ਕਰਾਂਗੇ। ਕਦੀ ਅੰਦਰ ਸੂਈ ਵੀ ਨਹੀਂ ਜਾ ਸਕਦੇ ਜੀ, ਨਾਲੇ ਕਹਿੰਦੇ ਨੇ ਪਰਿੰਦਾ ਪਰ ਨਹੀਂ ਮਾਰ ਸਕਦਾ, ਮੋਬਾਈਲ ਚਿੱਟਾ ਵਗੈਰਾ ਜਾ ਰਿਹਾ? ਦੇਖੋ ਅਸੀਂ ਉਹ ਪਰਚਾ ਦਰਜ ਕਰ ਲਿਆ, ਤਫਤੀਸ਼ ਕਰਾਂਗੇ ਅਤੇ ਤਫਤੀਸ਼ ਦੌਰਾਨ ਜੇ ਕਿਸੇ ਮੁਲਾਜ਼ਮ ਦਾ ਜਾਂ ਕਿਸੇ ਹੋਰ ਬੰਦੇ ਦਾ ਰੋਲ ਆਇਆ ਤਾਂ ਉਹਦੇ ਖਿਲਾਫ਼ ਵੀ ਅਸੀਂ ਜਿਹੜੀ ਸਖ਼ਤ ਸਖ਼ਤ ਕਾਰਵਾਈ ਕਰਾਂਗੇ। ਕੀ ਲੱਗਦਾ ਮਿਲੀ ਭੁਗਤ ਤੋਂ ਬਿਨਾਂ ਤਾਂ ਅੰਦਰ ਜਾ ਹੀ ਨਹੀਂ ਸਕਦਾ? ਦੇਖੋ ਜੀ ਤਫਤੀਸ਼ ਚੱਲਦੀ ਹੈ, ਕਈ ਵਾਰੀ ਜੇਲ੍ਹ ਜਿੱਦਾਂ ਫੈਂਕਾ ਵੀ ਹੁੰਦਾ ਹੈ, ਜੇ ਪਹਿਲਾਂ ਅਸੀਂ ਕੁਛ ਜੇਲ੍ਹ ਦੇ ਬੰਦੇ ਹੀ ਫੜੇ ਆਪਣਾ ਮੁਲਾਜ਼ਮ ਲਾ ਲਓ ਜਾਂ ਪੈਸਟੋਲ ਲਾ ਲਓ, ਫਿਰ ਵੀ ਜੇ ਤਫਤੀਸ਼ ਕੋਈ ਇੱਦਾਂ ਦਾ ਆਇਆ ਤਾਂ ਉਹਦੇ ਖਿਲਾਫ਼ ਚਾਹੇ ਕੋਈ ਮੁਲਾਜ਼ਮ ਆ ਚਾਹੇ ਪ੍ਰਾਈਵੇਟ ਬੰਦਾ, ਜੇ ਇੱਦਾਂ ਦੀ ਕਿਸੇ ਉਹਦੇ ਵਿੱਚ ਉਹਦੀ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ਼ ਸਖ਼ਤ ਐਕਸ਼ਨ। ਚਿੱਟਾ ਜੀ ਕਿੰਨੇ ਮਾਤਰਾ ਵਿੱਚ ਮਿਲਿਆ? 6 ਗ੍ਰਾਮ ਹੈਗਾ ਚਿੱਟਾ ਹੈਗਾ ਵਾ, ਅਤੇ ਬਾਕੀ ਇਹਨਾਂ ਦੇ ਖਿਲਾਫ਼ NTPS ਦਾ ਪਰਚਾ ਹੋਇਆ, ਬਾਕੀ ਜਿਹੜੇ ਮੋਬਾਈਲ ਉਹਨਾਂ ਦਾ ਵੱਖਰੀ ਵੱਖਰੀ ਧਾਰਾ 'ਚ ਅਸੀਂ ਪਰਚਾ। ਟੋਟਲ ਕਿੰਨੇ ਮੋਬਾਈਲ? ਕਿੰਨੇ? 6 ਮੋਬਾਈਲ ਸਾਨੂੰ ਮਿਲੇ ਸੀਗੇ ਸਾਰੇ ਆਪਣੇ, ਅਤੇ ਇਹਨਾਂ ਦੇ ਖਿਲਾਫ਼ ਪਰਚੇ ਦਰਜ ਹੋ। ਇਹ ਨੰਬਰਾਂ ਦੀ ਵੀ ਜਾਂਚ ਕੀਤੀ ਜਾਊਗੀ? ਹਾਂਜੀ ਹਾਂਜੀ, ਇਹਨਾਂ ਦੇ IM ਸਰਚ ਮਾਰਾਂਗੇ, ਜੋ ਉਹਨਾਂ ਦੇ ਜਿਹੜੇ ਸਿਮ ਹੈਗੇ ਆ ਉਹ ਕਿੱਥੋਂ ਕਿੱਧਰ ਕੀ ਗੱਲ ਕੀਤੀ, ਇਹਦੀ ਕਾਫ਼ੀ ਡੰਗਾਈ ਨੂੰ ਮਾਨਯੋਗ SAP ਸਾਹਿਬ ਪਟਿਆਲਾ ਦਾ ਉਹ ਕਲੋਜ਼ ਸੁਪਰਵੀਜ਼ਨ ਕਰਦੇ ਆ ਉਹ, ਅਤੇ ਉਹਨਾਂ ਦੀ ਸਾਰੀ ਅਸੀਂ ਜਿਹੜੀ ਇਨਫੋਰਮੇਸ਼ਨ ਲਿਆਉਂਦੀ ਆ ਅਤੇ ਸਾਈਬਰ ਸੈੱਲ ਦੇ ਨਾਲ ਅਸੀਂ ਰਲ ਕੇ ਇਹ ਸਾਰਾ ਇਹਨਾਂ ਦਾ ਡਿਟੇਲ ਕੱਢਾਂ। ਸਰਕਾਰ ਵੱਲੋਂ ਵੀ ਸਖ਼ਤ ਦਿੱਤੇ ਨੇ, ਜਿਵੇਂ ਗੈਂਗਸਟਰ ਨੇ ਉਹਨਾਂ ਨੇ ਐਕਸੈਸ ਤੋੜਨ ਵਾਸਤੇ ਇਸ ਤਰ੍ਹਾਂ ਮੋਬਾਈਲ ਜਿਹੜਾ ਹੈ? ਹਾਂਜੀ ਹਾਂਜੀ ਹਾਂਜੀ, ਸ਼ੋਰ ਜੀ, ਅਤੇ ਅਸੀਂ ਇਹ ਆਪਣਾ ਸਾਰਾ ਇਹਨਾਂ ਦਾ ਨਕਸ਼ਾ ਤੋੜਾਂਗੇ ਅਤੇ ਜਲਦੀ ਆਸ ਕਰਦੇ ਵੀ ਅਸੀਂ ਹੋਰ ਵੀ ਇਹਦੇ 'ਚ ਕਾਫੀ ਕੁਛ ਕੱਢ ਕੇ ਅਤੇ ਤੁਹਾਨੂੰ ਫਿਰ ਦੱਸਾਂਗੇ ਸਰ। ਪ੍ਰੋਡਕਸ਼ਨ ਬ੍ਰਾਂਡ 'ਤੇ ਵੀ ਲਿਆਉਂਦੇ ਜਾਣਗੇ? ਹਾਂਜੀ ਹਾਂਜੀ, ਪ੍ਰੋਡਕਸ਼ਨ ਬ੍ਰਾਂਡ ਲਵਾਂਗੇ, ਇਹਨਾਂ ਦਾ ਪੁਲਿਸ ਸਮਾਨ ਲਵਾਂਗੇ, ਸਾਰੀ ਤਫਤੀਸ਼ ਉਪਰੋਪਰ ਤਰੀਕੇ ਨਾਲ ਵੀ ਕਿਹਦਾ ਕੀ ਕੀ ਰੋਲ ਹੈ ਉਹ ਫਿਰ ਤੁਹਾਨੂੰ ਅਸੀਂ ਨੈਕਸਟ ਟਾਈਮ ਦੱਸਾਂਗੇ।